ਮਰ ਇੱਕ ਦਾਣੇ ਬਾਦਸ਼ਾਹ ਵੀ ਜਾਮਣਾ ਹੀ ਹੈ, ਚੱਲਿਆ ਜਾਮਣਾ ਇਸ ਤੋਂ ਇੰਝੇ ਗੱਲ ਉਹ ਅੱਗਾ ਮੁੜ ਗੱਲਾਂ ਪੁੱਛੀਆਂ ਰਾਸਣ ਮੁੜ ਜਿਹੜਾ ਤਾਂ ਨਿਜ਼ਾਮ ਚਲਾ ਹੀ ਗੁਣ ਤੇ ਬਾਦਸ਼ਾਹ ਬੜੇ ਰਜਦੇ ਬਾਦਸ਼ਾਹ ਮੱਥੇ ਸਾਡੇ ਲੱਗੇ ਜੀ, ਅੱਲਾ ਹਿਦਾਇਤ ਦਿੰਦੇ, ਗਰੀਬ ਗੁਰਬੇ ਵੀ ਤਾਂ ਵਹਿੰਦੇ ਨਹੀਂ ਪਏ। ਸਹੀ ਗੱਲ ਜੀ। ਉਹ ਅਜ਼ਹਰ ਅਬਾਸ ਦਾ ਇਸ ਕੁਰਬਾਨੀ ਦੇ ਚੰਨ ਸਾਨੂੰ ਵਾਰੀ ਨਾ ਆਉਂਦੀ, ਜਿਹੜਾ ਇਹ ਕੁਰਬਾਨੀ ਦਾ ਚੰਨ ਗੁਜ਼ਰਿਆ ਇਸ ਦੇ ਵਿੱਚ ਇੱਕ ਪ੍ਰੋਗਰਾਮ ਆਇਆ ਜੀ, ਉਹ ਅਜ਼ਹਰ ਅਬਾਸ ਮਿੱਠੂ ਨੂੰ ਅਤੇ ਸੁਲਤਾਨ ਨੂੰ ਤਾਂ ਕੋਈ ਨਹੀਂ ਸਾਦਾ ਤਾੜਕਾ। ਤਬਲੇ ਨਵਾਜ਼ ਨੂਰ ਜਾਨ ਨਾਲ ਤਬਲਾ ਵਜਾਇਆ, ਬਿਲਕੁਲ ਬਿਲਕੁਲ ਨੂਰ ਜਾਨ ਨਾਲ ਤਬਲਾ ਵਜਾਇਆ, ਜ਼ੈਦਾ ਪਰਵੀਨ ਨਾਲ ਤਬਲਾ ਵਜਾਇਆ, ਬਿਲਕੁਲ। ਇਹ ਤਾਂ ਤਵੀਤਾ ਇੰਝ ਹੀ ਹਨ, ਜਿਹੜਾ ਕਾਰੋਬਾਰ ਹੈ ਨਾ ਇਸ ਮੰਗਿਆ ਹੀ ਫੜ ਕੇ ਵਰਾਨ ਕਰ ਛੱਡਿਆ ਜੀ, ਅਤੇ ਕਾਰੋਬਾਰ ਬੰਦ ਹੈ ਅਤੇ ਵਕਤ ਜਪਦੇ ਪਏ। NYK ਨਿਊਜ਼ ਸਬਸਕ੍ਰਾਈਬ ਨਾਓ। ਅਸਲਾਮ ਅਲੈਕੁਮ ਨਾਜ਼ਰੀਨ, ਅਮਾਨੁੱਲਾ ਸੇਲਵੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਅੱਜ ਮੈਂ ਇੱਕ ਉਹ ਗੱਲ ਲੈ ਕੇ ਆਇਆ ਜਿਹੜੀ ਵੇਖ ਕੇ ਸੁਣ ਕੇ ਅਤੇ ਮੇਰੇ ਦਿਲ ਨੂੰ ਬੜੀ ਤਕਲੀਫ ਹੋ ਰਹੀ ਹੈ। ਅੱਜ ਕੱਲ੍ਹ ਫਨਕਾਰਾਂ ਦਾ, ਗੁਲੂਕਾਰਾਂ ਦਾ ਉਹ ਹਾਲ ਹੋਇਆ ਪਿਆ ਪਾਕਿਸਤਾਨ ਦੇ ਵਿੱਚ ਕਿ ਜਿਹੜੇ ਵਿਚਾਰਿਆਂ ਨੂੰ ਹੋਰ ਤਵਾਲ ਲੰਬਾ ਕੋਈ ਨਾ ਕਰਨਾ ਇਹੋ ਹੀ ਆਉਂਦਾ ਨੇ, ਲੇਕਿਨ ਉਹਨਾਂ ਦੇ ਨਾਲ ਜਿਹੜੀ ਅੱਜ ਕੱਲ੍ਹ ਬੀਤ ਰਹੀ ਹੈ ਉਹ ਮੈਂ ਨਾਕਾਬਿਲੇ ਬਈਆਂ ਨੇ ਕਿ ਉਹਨਾਂ ਨੂੰ ਮਤਲਬ ਅੱਜ ਕੋਈ ਪੁੱਛਦਾ ਹੀ ਨਹੀਂ, ਕੋਈ ਬਿਮਾਰ ਹੋ ਕੇ ਮਰਦਾ ਪਿਆ, ਕੋਈ ਵਿਚਾਰਾ ਗਰੀਬੀ ਦੇ ਵਿੱਚ ਮਰਦਾ ਪਿਆ, ਉਹਨਾਂ ਦੇ ਬੱਚੇ ਨੇ ਉਹ ਵਿਚਾਰੇ, ਉਹਨਾਂ ਦਾ ਹਾਲ ਕੋਈ ਨਹੀਂ। ਮਹਿੰਗਾਈ ਇਤਨੀ ਹੋ ਗਈ ਹੈ ਕਿ ਜਿਹਦੀ ਕੋਈ ਇੰਤਹਾ ਨਹੀਂ। ਹੁਣ ਵੇਖ ਲਓ ਵੀ ਖਾਨ ਸਾਹਿਬ ਤਾਰੀ ਖਾਨ ਹੈ, ਉਹਨਾਂ ਦਾ ਇੱਕ ਮਕਾਮ ਹੈ ਤਬਲੇ ਦੇ ਵਿੱਚ। ਹੁਣ ਜਿਹੜੇ ਤਬਲਾ ਨਵਾਜ਼ ਕਈ ਐਸੇ ਨੇ ਕਿ ਜਿਹਨਾਂ ਦਾ ਨਾਂ ਅੱਜ ਵੀ ਹੈ, ਮਤਲਬ ਉਸਤਾਦ ਅੱਲਾ ਰੱਖਾ ਖਾਨ ਹੈ, ਉਹ ਇੰਡੀਆ ਦੇ ਨੇ, ਬਹੁਤ ਕਮਾਲ ਨਾ ਹੈ ਉਹ ਆਪਣਾ ਤਬਲਾ ਨਵਾਜ਼ ਹਨ, ਬੜੇ ਬੜੇ ਖਾਨ ਸਾਹਿਬ ਇਹਦੇ ਵਿੱਚ ਉਹ ਸ਼ੁਮਾਰ ਹੁੰਦੇ ਨੇ। ਬਾਕੀ ਉਸ ਤੋਂ ਇਲਾਵਾ ਜਨਾਬ ਖਾਨ ਸਾਹਿਬ ਤਾਰੀ ਖਾਨ ਸਾਹਿਬ ਹੈ, ਉਹਨਾਂ ਨੇ ਮਤਲਬ ਮਹਿਦੀ ਹਸਨ, ਗੁਲਾਮ ਅਲੀ, ਉਹਨਾਂ ਦੇ ਪਿੱਛੇ ਨੁਸਰਤ ਫਤਿਹ ਅਲੀ, ਨੁਸਰਤ ਫਤਿਹ ਅਲੀ ਦੇ ਨਾਲ ਉਹਦੇ ਜਨਾਬ ਇਤਨੇ ਵਾਲੀਅਮ ਹਨ ਕਿ ਜਿਹਦੀ ਕੋਈ ਮੈਂ ਮਤਲਬ ਮਿਸਾਲ ਨਹੀਂ ਦੇ ਸਕਦਾ। ਜਾਂ ਅੱਗੋਂ ਇਹ ਵਿਚਾਰੇ ਨੇ ਤਬਲਾ ਬਹੁਤ ਅੱਛਾ ਵਜਾਉਂਦੇ ਹਨ, ਮੈਂ ਇਹਨਾਂ ਨੂੰ ਜਾਣਨਾ, ਬਹੁਤ ਅੱਛੀ ਤਰ੍ਹਾਂ ਜਾਣਨਾ ਅਤੇ ਬਹੁਤ ਅਰਸੇ ਤੋਂ ਜਾਣਨਾ। ਇਹਨਾਂ ਨੇ ਮਤਲਬ ਖਾਨ ਸਾਹਿਬ ਗੁਲਾਮ ਅਲੀ ਦੇ ਨਾਲ ਹੀ ਵੱਜੇ, ਅਸ਼ਰਫ ਲਿੱਟੀ ਦੇ ਨਾਲ ਹੀ ਵੱਜੇ, ਹੋਰ ਜਿਹੜੇ ਦੀਗਰ ਸਾਡੇ ਇਲਾਕਾਈ ਫਨਕਾਰ ਹਨ ਉਹਨਾਂ ਦੇ ਨਾਲ ਜਨਾਬ ਇਹ ਵੱਜਦੇ ਰਹੇ, ਲੇਕਿਨ ਇਹਨਾਂ ਵਿਚਾਰਿਆਂ ਨੂੰ ਜਿਹੜਾ ਨਾ ਹਾਸਿਲ ਉਹ ਕੁਝ ਨਹੀਂ ਹੋਇਆ। ਮੈਂ ਇਨਸ਼ਾਅੱਲਾ ਇਹਨਾਂ ਦੇ ਘਰ ਦੀ ਲੋਕੇਸ਼ਨ ਵੀ ਜਾਂ ਘਰ ਦੀ ਜਿਹੜੀ ਰੂਟੀਨ ਹੈ ਜਾਂ ਜਿਤਨੇ ਇੱਥੇ ਕਸਮਾਂ ਪੁਰਸੀ ਨਜ਼ਰ ਆ ਰਹੀ ਹੈ, ਮੈਂ ਇਨਸ਼ਾਅੱਲਾ ਉਹ ਵੀ ਵਿਖਾਸਾਂ। ਅਤੇ ਪਹਿਲੇ ਜਨਾਬ ਮੈਂ ਆਇਆ, ਇਹਨਾਂ ਦਾ ਨਾਂ ਹੈ ਜਨਾਬ ਖਾਨ ਸਾਹਿਬ ਲਿਆਕਤ ਅਲੀ ਖਾਨ, ਇਹ ਤਬਲਾ ਨਵਾਜ਼ ਹਨ ਅਤੇ ਬਹੁਤ ਕਮਾਲ ਦਾ ਤਬਲਾ ਵਜਾਉਂਦੇ ਹਨ। ਅਤੇ ਮੈਂ ਸੱਚੀ ਗੱਲ ਹੈ ਕਿ ਇਹਨਾਂ ਕੋਲੋਂ ਇੱਕ ਦਫ਼ਾ ਇੱਕ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਈ ਆ, ਅਤੇ ਇਹਨਾਂ ਨੇ ਇੰਝ ਤਬਲਾ ਵਜਾਇਆ ਕਿ ਮੈਂ ਮਤਲਬ ਮਹਿਸੂਸ ਇੰਝ ਹੁੰਦਾ ਪਿਆ ਕਿ ਉਹ ਜਿਵੇਂ ਤਾਰੀ ਸਾਹਿਬ ਵੱਜਦੇ ਪੈਣ, ਅਤੇ ਪਿੱਛੋਂ ਰੇਲਾ ਵਜਾਇਆ ਕਾਫੀ ਦੇ, ਕਮਾਲ ਕਰ ਦਿੱਤਾ। ਅਸਲਾਮ ਅਲੈਕੁਮ। ਵਾਲੇਕੁਮ ਜੀ ਸਲਾਮ। ਖਾਨ ਸਾਹਿਬ ਕੀ ਹਾਲ ਹੈ? ਅੱਲਾ ਪਾਕ ਦਾ ਜੀ ਕਰਮ ਹੈ, ਸ਼ੁਕਰ। ਸਿਹਤਾਂ ਤਬੀਤਾਂ ਇੰਝ ਹੀ ਹਨ, ਜਿਹੜਾ ਕਾਰੋਬਾਰ ਹੈ ਨਾ ਇਸ ਮੰਗਿਆ ਹੀ ਫੜ ਕੇ ਵਰਾਨ ਕਰ ਛੱਡਿਆ ਜੀ, ਅਤੇ ਕਾਰੋਬਾਰ ਬੰਦ ਹੈ ਅਤੇ ਵਕਤ ਜਪਦੇ ਪਏ। ਕੁਝ ਕਰੋਨੇ ਕਰ ਛੱਡਿਆ, ਇਬਤਦਾ ਕਰੋਨੇ ਕੀਤੀ ਆ ਜੀ। ਆ ਅੱਛਾ, ਇਹ ਦੱਸੋ ਵੀ ਤਬਲਾ ਸਿੱਖਿਆ ਕਿੱਥੋਂ ਆ? ਤਬਲਾ ਜੀ ਸਿੱਖਿਆ ਸ਼ਾਦ ਲਈ ਹੈ ਜੀ, ਪਿੰਡੀ ਭੱਟੀਆਂ ਸ਼ਾਦਾ ਤਾੜਕਾ। ਤਬਲੇ ਨਵਾਜ਼ ਨੂਰ ਜਾਨ ਨਾਲ ਤਬਲਾ ਵਜਾਇਆ, ਬਿਲਕੁਲ ਬਿਲਕੁਲ ਨੂਰ ਜਾਨ ਨਾਲ ਤਬਲਾ ਵਜਾਇਆ, ਜ਼ੈਦਾ ਪਰਵੀਨ ਨਾਲ ਤਬਲਾ ਵਜਾਇਆ, ਬਿਲਕੁਲ ਉਸ ਦਾ ਜੀ ਮੈਂ ਸ਼ਗਿਰਦ। ਵਾਹ 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 ਵਾਹ, ਮੇਰੇ ਲੂੰ ਖਲੇ ਹੋ ਗਏ ਉਹਦਾ ਨਾਂ ਸੁਣ ਕੇ ਜੀ। ਅੱਛਾ, ਤੇ ਉਸ ਤੋਂ ਬਾਅਦ ਇਹ ਕਿਤਨਾ ਅਰਸਾ ਪਹਿਲੇ ਤਾਲੀਮ ਲਈ ਆ? ਇਹ ਅਰਸਾ ਜੀ ਕਾਫੀ ਹੋ ਗਿਆ, 10 ਤੋਂ 15 ਸਾਲ। 10 ਤੋਂ 15 ਸਾਲ ਹੋ ਗਏ ਵਜਾਉਂਦੇ ਆ ਜਾਂ ਤਾਲੀਮ ਲਿਆ? ਤਾਲੀਮ ਲਿਆ ਤਾਂ ਕਮ ਅਜ਼ ਕਮ 4-5 ਸਾਲ ਹੋ ਗਏ ਤਾਲੀਮ। ਨਹੀਂ ਮਤਲਬ ਜਦੋਂ ਵਾਲ ਸਿੱਖਿਆ ਹੈ, ਮੈਂ ਉਹ ਪੁੱਛਦਾ ਜੀ। ਉਹ ਤਾਂ ਜੀ ਜਦੋਂ ਉਸਤਾਦ ਮੇਰਾ ਚੱਲਦਾ ਨਾ ਗੁਲਾਮ ਅਲੀ ਟਾਹਲੀ ਮੰਗਣੀ ਵਾਲੇ ਨਾਲ, ਹਾਂਜੀ, ਉਦੋਂ ਤੋਂ ਉਹਦੇ ਨਾਲ ਹੀ ਮੈਂ ਚੱਲਦਾ ਵੱਤਿਆ, ਲਗਾ ਵੱਤਿਆ, ਮੈਂ ਸਿੱਖਦਾ ਵੱਤਿਆ ਉਹਨਾਂ ਤੋਂ। ਅੱਛਾ, ਅਰਸਾ ਇਤਨਾ ਕਿ ਹੋ ਗਿਆ, 5-1 ਸਾਲ ਤਾਈਂ ਮੈਂ ਉਹਨਾਂ ਨਾਲ ਲਗਾ ਵੱਤਿਆ ਅਤੇ ਮੁੜੋ ਗੁਜ਼ਰ ਗਏ। ਉਹ ਤਾਂ ਅੱਜ ਤੋਂ ਤਕਰੀਬਨ 30 ਸਾਲ ਪਹਿਲੇ ਦੀ ਗੱਲ ਹੈ ਜੀ। ਹਾਂ, ਉਹ ਉਸ ਤੋਂ ਬਾਅਦ ਹੁਣ ਕਮ ਅਜ਼ ਕਮ 30 ਸਾਲ ਹੋ ਗਏ। ਹਾਂਜੀ, ਮੈਨੂੰ ਇਹ ਤਬਲਾ ਵਜਾਈਏ।
ਮਤਲਬ ਟ੍ਰੇਨ ਹੋਇਆ। ਅੱਛਾ ਟ੍ਰੇਨ ਹੋਇਆ ਜੀ। ਇਹ ਦੱਸੋ ਬਈ ਇਹਦੇ ਵਿੱਚ ਕੀ ਵਜਾ ਲੈਂਦੇ ਹੋ? ਇਹਦੇ ਵਿੱਚ ਜੀ ਇਹਦੇ ਬਈ ਦੋ ਚੰਦ ਜਿਹੜੇ ਠੇਕੇ ਉਸਤਾਦ ਦੱਸੇ ਨੇ ਉਹ ਵਜਾ ਲੈਂਦੇ ਹਾਂ, ਜਾਂ ਲੋਕ ਗੀਤ ਜਿਹੜੇ ਆਏ ਜਾਂ ਕਾਫੀਆਂ ਜਾਂ ਗਜ਼ਲਾਂ ਹਨ ਉਹ। ਅੱਛਾ ਇਹ ਦੱਸੋ ਬਈ ਜਿਹੜਾ ਕੈਰਵਾ ਸਟਾਈਲ ਹੈ, ਕੈਰਵਾ ਵਜਾ ਲੈਂਦੇ ਹੋ? ਜੀ ਕੈਰਵਾ ਵਜਾ ਲੈਂਦੇ ਹਾਂ। ਅਤੇ ਉਸ ਤੋਂ ਇਲਾਵਾ ਤੁਹਾਡੇ ਇਹ ਦੱਸੋ ਵੀ ਅੱਜ ਕੱਲ੍ਹ ਕੀ ਹਾਲਾਤ ਬੀਤਦੀ ਪਈ ਹੈ? ਕਿਤਨੇ ਕੁ ਪ੍ਰੋਗਰਾਮ ਮਹੀਨੇ 'ਚ ਕੋਈ ਮਿਲ ਜਾਂਦਾ ਹੈ, ਨਹੀਂ ਮਿਲਦਾ? ਅੱਗੇ ਜੀ ਇੰਝ ਹੁਣ ਦੇ ਹਾਲਾਤ ਇੰਝ ਹੋ ਗਏ ਜੀ, ਅੱਗੇ ਪ੍ਰੋਗਰਾਮ ਇੰਝ ਹੁੰਦੇ ਆਉਣ ਜੋ ਬਈ ਪ੍ਰੋਗਰਾਮ 'ਤੇ ਗਏ ਹਾਂ ਨਾ ਤਾਂ ਦੇਲਾਂ ਦਾ ਇਹ ਪ੍ਰੋਗਰਾਮ ਤਾਂ ਕਦੀ ਮਿਸ ਹੋ ਜਾਂਦਾ ਨਾ। ਇੰਝ ਜਗਰਾਤੇ ਹੁੰਦੇ ਹਨ ਅਤੇ ਇੰਝ ਜ਼ਿਆਦਾ ਪ੍ਰੋਗਰਾਮ ਹੁੰਦੇ ਹਨ, ਅਤੇ ਹੁਣ ਇਸ ਕੁਰਬਾਨੀ ਦੇ ਚੰਨ 'ਚ ਇਤਨੇ ਕੁ ਪ੍ਰੋਗਰਾਮ ਹੁੰਦੇ ਹਨ ਬਈ ਤੁਹਾਨੂੰ ਦੱਸਦੇ ਪਿਆ ਬ ਅਸੀਂ ਆਉਂਦੇ ਸੀ ਬਈ ਆਹ ਤਾਂ ਪ੍ਰੋਗਰਾਮ ਅੱਜ ਮਿਸ ਹੋ ਜਾਂਦਾ ਅਤੇ ਜੱਟ ਸਾਂਹ ਪਵੀਂਦਾ। ਇੰਝ ਹੁੰਦੇ ਹਨ ਅਤੇ ਹੁਣ ਇਹ ਜਿਹੜੀ ਕੁਰਬਾਨੀ ਗੁਜ਼ਰੀ ਹੈ ਉਹਦੇ ਵਿੱਚ ਜੀ ਇੱਕੋ ਪ੍ਰੋਗਰਾਮ ਆਇਆ। ਆਏ ਹਾਲਾਤ ਹਨ ਜੀ, ਇੰਝ ਮੰਗਿਆਈ ਮੁੱਢੂ ਮੰਗਿਆਈ ਤੂੰ ਜੱਟ ਛੋ ਬੰਦੇ ਕਰਿੰਦੇ ਕੋਈ ਨਹੀਂ ਪ੍ਰੋਗਰਾਮ, ਇੰਝ ਮੰਗਿਆਈ ਹੈ ਜੀ। ਇਹ ਗੱਲ ਤਾਂ ਤੇਰੀ ਬਿਲਕੁਲ ਬਜਾ ਹੈ ਜੀ। ਅਤੇ ਆਪਣੇ ਬੱਚੇ ਕਿਤਨੇ? ਬੱਚੇ ਜੀ ਖੈਰ ਦੇ ਤਿੰਨ ਹਨ। ਮਾਸ਼ਾ ਅੱਲਾ, ਉਹਨਾਂ ਨੂੰ ਵੀ ਇਹ ਤਾਲੀਮ ਦੇ ਰਹੇ ਹੋ ਕਿ ਕੋਈ ਜੀ ਸਕੂਲ ਦੀ ਤਾਲੀਮ? ਇਸ ਗੱਲ ਤੋਂ ਚੱਲੇ ਹੋਇਆ ਅੱਛਾ ਸਕੂਲ ਦੀ ਤਾਲੀਮ ਦਿੰਦੇ ਪਏ ਜੀ, ਹੋਰ ਕੋਈ ਕਾਰੋਬਾਰ? ਇੱਥੇ ਆਪਣਾ ਇਹ ਮਕਾਨ ਜ਼ਾਤੀ ਨੇ ਜਾਂ? ਇਹ ਜ਼ਾਤੀ ਕੋਈ ਨਹੀਂ ਜੀ, ਇਹ ਜੱਪਿਆਂ ਦੇ ਮਕਾਨ ਹਨ ਜਿੱਥੇ ਅਸੀਂ ਬੈਠੇ ਹਾਂ ਹੱਥ ਜੱਪਿਆਂ ਦੇ, ਅਤੇ ਉਹਨਾਂ ਦੇ ਹੈਨ ਜੀ। ਅਤੇ ਮਤਲਬ ਸਾਨੂੰ ਸੱਤ ਮਰਲੇ ਜਿਹੜੀ ਸਕੀਮ ਬੇਨਜ਼ੀਰ ਦੀ ਡਹੀ ਆਈ ਕਲੋਨੀ ਸਾਡੀ ਥੇ ਦੀ ਬਣੀ ਆਈ, ਉਹ ਸਾਡੇ ਜਿਹੜੇ ਥੇ ਦਾ ਚੇਅਰਮੈਨ ਉਹ ਸਾਨੂੰ ਦਿੱਤੇ ਕਾਏ, ਉਹ ਹੱਥੇ ਦਿੱਤੇ ਕੋਈ ਨਾ ਇੱਥੋਂ ਸਾਨੂੰ ਉੱਠੀ ਬਾਣੀ ਕੋ ਉਹ ਅਗਾਂਹ ਬਰਤਾਸ਼ ਜਿਹੜੇ ਹੈ ਹੱਥਿਆਂ ਦੇ ਵਿੱਚ ਤੁਸੀਂ ਬੈਠੇ ਹੋ ਇੱਥੋਂ ਤੁਹਾਨੂੰ ਉਠਾਈਂਦਾ ਤਾਂ ਕੋਈ ਨਹੀਂ? ਇਹ ਹੁਣ ਜੀ ਅੱਲਾ ਨੂੰ ਪਤਾ ਸਹੀ, ਇਹ ਮੁੜ ਸਾਡੇ ਕੋਲ ਤਾਂ ਪ੍ਰੂਫ ਸਬੂਤ ਹੈ ਕੋਈ ਨਾ, ਅਸੀਂ ਐਵੇਂ ਕਿਵੇਂ ਹਾਮੀ ਦੇਈਏ? ਸਹੀ ਹੈ। ਅਤੇ ਹੁਣ ਬੜਾ ਅੱਜ ਕੱਲ੍ਹ ਕੀ ਗੁਜ਼ਾਰਾ ਹੈ? ਅੱਜ ਕੱਲ੍ਹ ਕੀ ਨਾਲ ਇਸ ਤੋਂ ਇਲਾਵਾ ਸਾਈਡ ਕੰਮ ਕਰਦੇ ਪਏ ਹੋ? ਸਾਈਡ ਕੰਮ ਇੰਝ ਹੀ ਹੈ ਜੀ, ਕੋਈ ਨਹੀਂ ਹਾਲਾਤ ਔਖੇ ਡੰਗ ਗੁਜ਼ਰਦੇ ਪਏ, ਔਖੇ ਡੰਗ ਬੜੇ ਗੁਜ਼ਰਦੇ ਪਏ, ਅਹੀਓ ਕਾਰੋਬਾਰ ਆ, ਇਹ ਕਾਰੋਬਾਰੋਂ ਰਹਿ ਕੋਈ ਨਹੀਂ ਗਿਆ, ਮੰਗਿਆਈ ਤੋਂ ਬੰਦੇ ਛੋਦੇ ਤੰਗ ਜ਼ਲੀਲ ਹਨ, ਇਹ ਹੁੰਦੀਆਂ ਖੁਸ਼ੀਆਂ ਮੰਗਿਆਈ ਨਾ ਹੁੰਦੀ ਮੁੜ, ਬੰਦੇ ਜਿਵੇਂ ਅੱਗੇ ਚੱਲਦਾ ਪਿਆ ਦੌਰ ਇਵੇਂ ਚੱਲਦਾ ਤਾਂ ਮੁੜ ਹਾ ਹੁਣ ਤਾਂ ਜੀ ਕੰਮ ਬੜਾ। ਨਾਜ਼ਰੀਨ ਇੱਥੇ ਨਾ ਮੈਂ ਜਦੋਂ ਆਇਆ ਨਾ ਮੈਂ ਇੱਕ ਬੱਚੇ ਗੱਲ ਕੀਤੀ ਹੈ ਅਤੇ ਮੇਰੀ ਅੱਖਾਂ ਦੇ ਵਿੱਚ ਉਹਨੂੰ ਅੰਸੂ ਆ ਗਏ, ਮੈਂ ਉਹਦਾ ਜ਼ਿਕਰ ਕਰਨਾ ਜਿਹੜਾ ਨਾ ਉਹ ਮੈਂ ਕੁਛ ਜ਼ਰੂਰੀ ਸਮਝਦਾ ਪਿਆ। ਡਰਾਮਾ ਵੇਖਿਆ ਬਚਪਨ ਦੇ ਵਿੱਚ, ਘਰ ਹੁੰਦਾ ਉਹਦੇ ਵਿੱਚ ਇਤਨੀ ਗੁਰਬਤ ਹੁੰਦੀ ਹੈ ਕਿ ਜਿਹਦੀ ਕੋਈ ਇੰਤਹਾ ਹੀ ਨਹੀਂ। ਉਹਦੇ ਵਿੱਚ ਇਹ ਕਿ ਇੱਕ ਬੱਚਾ ਉਹਨਾਂ ਦਾ ਜਿਹੜਾ ਨਾ ਉਹ ਹੋ ਜਾਂਦਾ ਬਿਮਾਰ, ਜਦੋਂ ਬਿਮਾਰ ਹੁੰਦਾ ਤਾਂ ਦੂਸਰੇ ਤੀਸਰੇ ਦਿਨ ਉਹ ਬੱਚਾ ਜਿਹੜਾ ਨਾ ਉਹ ਫੌਤ ਹੋ ਜਾਂਦਾ, ਜਦੋਂ ਫੌਤ ਹੋ ਜਾਂਦਾ ਆਡੀ ਗਵਾਡੀ ਜਿਹੜੇ ਨੇ ਉਹ ਖਾਣਾ ਵਗੈਰਾ ਪਕਾ ਕੇ ਅਤੇ ਉਹਨਾਂ ਨੂੰ ਲਿਆ ਕੇ ਦਿੰਦੇ ਨੇ ਅਤੇ ਉਹ ਬੱਚੇ ਖਾਣਾ ਜਨਾਬ ਨਾ ਉਹਦੇ ਉੱਤੇ ਇੰਝ ਝਪਟਦੇ ਨੇ ਅਤੇ ਰੱਜ ਕੇ ਖਾ ਲੈਂਦੇ ਜਿਹੜੇ ਬਾਕੀ ਦੇ ਉਹਦੇ ਭੈਣਾਂ ਭਾਈ ਹਨ ਜਿਹੜਾ ਫੌਤ ਹੋ ਗਿਆ ਬੱਚਾ ਉਹਦੇ। ਉਹ ਇਸ ਗੱਲ ਨੂੰ ਕੋਈ 15-20 ਦਿਨ ਗੁਜ਼ਰ ਗਏ ਅਤੇ 15-20 ਦਿਨਾਂ ਬਾਅਦ ਮੁੜ ਉਹ ਫਾਕਾ ਕਸ਼ੀ ਅਤੇ ਉਹ ਹਾਲਾਤ ਅਤੇ ਉਹ ਸਾਰਾ ਸਿਲਸਿਲਾ। ਇੱਕ ਦਿਨ ਉਹਨਾਂ ਦਾ ਭਾਈ ਜਿਹੜਾ ਨਾ ਉਹ ਲੰਮਾ ਪਿਓ ਆ ਅਤੇ ਉਹਨੂੰ ਵੀ ਬੁਖਾਰ ਆ, ਜਿਹੜਾ ਦੂਆ ਭਾਈ ਆ ਨਾ ਉਹਦਾ ਉਹ ਉਹਦੇ ਕੋਲ ਬੈਠਾ, ਉਹ ਹੁਣ ਉਹਦੇ ਵੱਲ ਵੇਖੀ ਜਾਵੇ। ਅਖੀਰੀ ਜਨਾਬ ਨੇ ਉਹਦੀ ਮਾਂ ਪੁੱਛਿਆ ਜਿਹਨੇ ਬਈ ਮੇਰਾ ਬੱਚਾ ਤੂੰ ਇਹਦੇ ਵੱਲ ਕਿਉਂ ਪਿਆ ਵੇਹਨਾ? ਉਹਦਾ ਕਿ ਮੈਂ ਵੇਖਦਾ ਪਿਆ ਵੀ ਅੱਗੇ ਭਾਈ ਫੌਤ ਹੋਇਆ ਨਾ ਅਤੇ ਸਾਡੇ ਘਰ ਖਾਣਾ ਆਇਆ, ਹੁਣ ਮੈਂ ਵੇਖਦਾ ਪਿਆ ਵੀ ਸ਼ਾਇਦ ਇਹਦੀ ਵਾਰੀ ਇਸ ਤੋਂ ਬਾਅਦ ਸਾਨੂੰ ਵੀ ਖਾਣਾ ਮਿਲ ਜਾਵੇ। ਉਹ ਇੱਥੇ ਇੱਕ ਬੱਚੇ ਅੱਗੇ ਗੱਲ ਕੀਤੀ ਹੈ, ਮੈਂ ਹੁਣ ਉਹ ਦੱਸ ਨਹੀਂ ਸਕਦਾ ਵੀ ਉਸ ਵਿਚਾਰੇ ਕੀ ਮੈਂ ਆਖਿਆ ਜਾਂ ਉਹ ਸਿਰਫ ਇੱਕ ਗੱਲ ਦੀ ਗੱਲ ਹੀ ਕੀਤੀ ਹੈ, ਲੇਕਿਨ ਮੈਨੂੰ ਵੀ ਉਹ ਕੁਝ ਇਹਦੇ ਨਾਲ ਰਿਲੇਟਡ ਹੈ ਗੱਲ, ਇਸ ਮੇਰੀ ਗੱਲ ਦੇ ਨਾਲ ਉਹ ਰਲਦੀ ਮਿਲਦੀ ਹੈ। ਸੱਚੀ ਗੱਲ ਹੈ ਕਿ ਜਿਹੜੀ ਗੁਰਬਤ ਹੈ ਨਾ ਇਸ ਨੇ ਖਾਸ ਕਰਕੇ ਜਿਹੜੇ ਇਹਨਾਂ ਫਨਕਾਰ ਹਜ਼ਰਾਤ ਉਹਨਾਂ ਦੇ ਅਤੇ ਇਸ ਨੇ ਅਖੀਰ ਕਰ ਛੋੜੀ ਹੈ। ਅਤੇ ਹੁਣ ਮੈਂ ਜਨਾਬ ਇਹ ਅਕਸਾਂ ਕਿ ਤੁਸੀਂ ਸਾਨੂੰ ਪਹਿਲੇ ਥੋੜ੍ਹਾ ਜਿਹਾ ਕੈਰਵਾ ਸੁਣਾਓ ਅਤੇ ਉਸ ਤੋਂ ਬਾਅਦ ਮੁੜ ਜਿਹੜੀ ਤੁਹਾਡੀ ਆਪਣੀ ਪਸੰਦ ਦੇ ਹੋਏ ਨਾ ਉਹ ਤੁਸੀਂ ਸੁਣਾਓ।
अच्छा ते हुण इस तो अलावा जेड़ा काफी अंग है जी, वह भी तुसी सान दसना है भी वह किवें वजदा है। दूसरा एक गल है कि मूँह नाल जेड़ा तुसी वजांदे हो वह भी तुहानू दसना है, तुसा दसना है। उस तो अलावा जेड़ा कि इहदे उत्ते कई खां साहब हैं वह वजा लैंदे ने, रेल गड्डी वजा लई, घोड़े की टाप वजा लई, सानू वह भी तुसी दसना। हुण नाल तुसी दस्सी जाणा है भी हुण यह मैं चीज़ वजांदा पिया, ताकि नाज़रीन नूं पता लगे भी हुण ये रेल गड्डी स्टाइल वजांदे पैन या घोड़ा स्टाइल पे वजांदे हैं या जेड़ा भी वजांदे पैन वह तुसी नाल दसना। ये जी गड्डी स्टाइल है। अच्छा केड़ा जी है हुण जेड़ा वजाऊ? क्रास हो गई वाह 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 वाह। अच्छा तो घोड़े की टाप जेड़ी है जिम घोड़ा बजता है ना हूँ। कोई गुलकार इस टाइम है जो थोड़े ना रबते शाबते च है? कोई फिलहाल कोई नहीं जी रबते च। वो गुलकार दो हाँ हूँ अला दिता गुजर गया, गुलाम अली नाल चलदिया से टाली मंगेने, इब्तदा तो गुलाम अली टाली मंगेने आए ना चलदिया से वो जी गुजर गया। उस तो बाद जींद ही मतलब मैं अला दिते ना सिलेक्ट हो अला दिता लिट्टी तालिब का पहला शगेर उन्द वह भी गुजर गया जी। उन्होंने भी कोई मसला बनया ऑपरेशन कराया उस तो उन्दे विच आके वह शुदा गुजर गया वह भी चला गया। उस तो बाद अला दित्ते दा शगिर दे के अजर मिठू बास बूटी आले ता है जी उन्दे नाल चलदे हैं या सुल्तान सादलिन दा, ये दो गुलकार हैं जिन्हां नाल सिलेक्ट असीं इस वक्त बचे हैं, नहीं तो जिन्हां नाल रहे हो गुजरदे रहे जी। हाँ वह मतलब इंजे उन्होंने भी प्रोग्राम, हालांकि दो हैं तो अमदा उन्होंने भी प्रोग्राम कोई नहीं जी, बड़े जलील तो तंग हैं कोई नहीं प्रोग्राम फिलहाल। वो अजहर अब्बास दा इस कुरबानी दे चन्न सानू बारी ना आमदी जिहड़ा ए कुरबानी दा चन्न गुजरिया इस दे विच एक प्रोग्राम आया जी वो अजहर अब्बास मिठू नू ते सुल्तान नू ते आया कोई नहीं आए हालात हैं जी मुड़ो उत्ते कोई महीने खाण दा कोई राशन बन गया कि कोई ना ओ को बस सही हो है लूण मरा चाहिए जी ओ को बन गया लूण मरा जी। हालात बड़े जी खराब हैं, बड़ा बंदे तंग हैं, शादे जलील मंगयाई दे दौर इंज मंगयाई कीती गई है। ये बादशाह बड़े रजदे बादशाह मत्थे साडे लगे हैं जी, अल्लाह हिदायत देने गरीब गुरबे भी तो वेंदे नहीं पाए। सही गल है जी, मर एक दाने बादशाह भी जामना ही है चलिया जामना इस इंजे गल है। वो अगा मुड़ गल्ला पुछेंदी आ रासन मुड़ जेड़ा तो निजाम चला ही कोते
ਅਸਾਂ ਕੀ ਆਖਣਾ ਉਹਨਾਂ ਨੂੰ, ਅਸੀਂ ਤਾਂ ਮੁੜ ਜੇ ਬੁੱਖ ਇੰਝ ਹੀ ਆ ਗਏ ਤਾਂ ਅਗਾਂਹ ਲੱਗੇ ਜੇ ਅਸਾਂ ਆ ਗਏ ਇਹੋ ਹੀ ਹੈ ਮੁੜ। ਹਾਂਜੀ, ਅਤੇ ਬਾਹਰਲ ਮਰਨਾ ਉਹਨਾਂ ਵੀ ਹੈ ਭਾਵੇਂ ਜੇ ਡੇਰੇ 'ਚ ਦੇ ਵੀ ਹੈ, ਬਿਲਕੁਲ ਰਾਜ ਲੈਣ ਜਿਤਨਾ ਦਰਜਣਾ ਇਹਨੇ ਗੱਲ ਤਾਂ ਹੱਕ ਦੀ ਅਸੀਂ ਕਰਸਾਂ ਭਾਵੇਂ ਸਿਰ ਤੂੰ ਗੱਡੀ ਟੱਪ ਜਾਵੇ। ਹਾਂਜੀ ਇੰਨੀ ਗੱਲ। ਅੱਛਾ ਇਹ ਦੱਸੋ ਬਈ ਹੁਣ ਅੱਗਾਂ ਤਾਂ ਚਲੋ ਇਹ ਹੀ ਹੈ ਕਿ ਹੁਣ ਅੱਗਾਂ ਨਾਲ ਆਪਣਾ ਕੋਈ ਕਾਰੋਬਾਰ ਵੀ ਸ਼ੁਰੂ ਕੀਤਾ ਨੇ ਜਾਂ ਕੋਈ ਨਾ ਮਾਲ ਡੰਗਰ ਜਾਂ ਕੋਈ ਕਾਰੋਬਾਰ ਜੀ ਕੋਈ ਨਹੀਂ ਆਈਓ ਹੈ ਬਈ ਮੰਗ ਪਹਿਨ ਕੇ ਗੁਜ਼ਾਰਾ ਕਰਦੇ ਬਣੇ ਜਿੱਟਾ ਬੰਦਿਆਂ ਤਾਂ ਇਹ ਜਿਹੜੇ ਜ਼ਿੰਮੇਦਾਰ ਹੈ ਉਹਨਾਂ ਦਾ ਮੁੜੇ ਜੀ ਨਸ ਨੂੰ ਉਹਨਾਂ ਦੀ ਨੂੰ ਬਾ ਹੈ ਉਹਨਾਂ ਦਾ ਤਬਕਾ ਤਾਂ ਚੰਗਾ ਟੱਪਦਾ ਪਿਆ। ਅਸੀਂ ਜਬ ਗਰੀਬ ਗਏ ਹਾਂ, ਸਹੀ ਗੱਲ ਹੈ ਜੀ। ਅੱਛਾ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਮਤਲਬ ਹਕੂਮਤ ਤੋਂ ਜਾਂ ਮਤਲਬ ਇਹਨਾਂ ਲੋਕਾਂ ਤੋਂ ਵੀ ਉਹ ਗਰੀਬਾਂ ਦਾ ਕੋਈ ਖਿਆਲ ਸ਼ਿਆਲ ਰੱਖੇ ਨੇ ਜਾਂ ਕੋਈ ਆਪਣਾ ਨਾਲੇ ਤੁਹਾਨੂੰ ਜਿਹੜਾ ਨਾ ਫੋਨ ਨੰਬਰ ਉਹ ਵੀ ਦਿਓ ਜਾ 0347-31-31-584। ਅੱਛਾ ਇਹ ਜੀ ਸਾਡਾ ਨੰਬਰ ਹੈ। ਅਗਰ ਕੋਈ ਬਈ ਮੁਖੀਰ ਹਜ਼ਰਾਤ ਇਹਨਾਂ ਨਾਲ ਕੋਈ ਰਾਬਤਾ ਕਰਨਾ ਚਾਹੇ ਅਸੀਂ ਤੁਹਾਨੂੰ ਇਹਨਾਂ ਦਾ ਘਰ ਵੀ ਦਿਖਾਈਦੇ ਹਾਂ ਵੀ ਜਿਹੜੀ ਘਰ ਦੀ ਇਹਨਾਂ ਦੀ ਹਾਲਾਤ ਹੈ ਨਾ ਉਹ ਵੀ ਦਿਖਾਈਦੇ ਹਾਂ। ਅਗਰ ਇਸ ਨਾਲ ਕੋਈ ਰਾਬਤਾ ਕਰਨਾ ਚਾਹੇ ਮੈਂ ਆਪਣਾ ਫੋਨ ਨੰਬਰ ਜਾਂ ਕਿਸੇ ਹੋਰ ਦਾ ਨਹੀਂ ਦਿੰਦਾ ਕਿਉਂਕਿ ਲੋਕ ਬਾਹਰ ਦੇ ਬੜੀਆਂ ਗੱਲਾਂ ਕਰਦੇ ਨੇ। ਅਗਰ ਕੋਈ ਇਹਨਾਂ ਨਾਲ ਕੋਈ ਪਿਆਰ ਕਰਦਾ ਹੋਵੇ ਜਾਂ ਕੋਈ ਕਰਦਾ ਹੋਵੇ ਇਹਨਾਂ ਨਾਲ ਡਾਇਰੈਕਟ ਇਹਨਾਂ ਦਾ ਰਾਬਤਾ ਜੀ ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਅਗਰ ਇਹਨਾਂ ਦੀ ਕੋਈ ਖਿਦਮਤ ਕਰਨਾ ਚਾਹੁੰਦੇ ਹੋ ਤਾਂ ਉਹ ਕਰ ਦਿਓ ਅਤੇ ਇਹ ਕਿ ਬਾਰ ਬਾਰ ਫੋਨ ਕਰਕੇ ਤੰਗ ਵੀ ਨਹੀਂ ਕਰਨਾ। ਅਗਰ ਖਿਦਮਤ ਕਰਨਾ ਚਾਹੁੰਦੇ ਹੋ ਜਜ਼ਬਾ ਹੋਵੇ ਤਾਂ ਫਿਰ ਇਹਨਾਂ ਨੂੰ ਫੋਨ ਕਰਿਆ। ਅਤੇ ਹੁਣ ਜਨਾਬ ਇਹ ਕਿ ਸਾਨੂੰ ਤੁਸੀਂ ਕਾਫੀ ਸਟਾਈਲ ਥੋੜ੍ਹਾ ਜਿਹਾ ਸੁਣਾ ਹੋਆ ਅਤੇ ਮੁੜ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਮੰਗੀ ਆ। ਕੁਝ ਗਾ ਨਹੀਂ ਸਕਦਾ ਗਾਂਦਾ ਪਿਆਉਂਦਾ ਨਾ ਦਿਲੜੀ ਲੁੱਟੀ ਤੈਂ ਯਾਰ ਸਜਣ ਜੀ ਜੀ।